मेरे सैकंड ब्लॉग से धुप्पा काफ़ी लगन लग पियाँ, मंजे ते बैठे सां। अज हूँ आप थले चलावे कोठे तो, उत्ते धुप्प वाहवा लगती सी तां करके कोठे उत्ते बैठे सां। ते हूँ वेने पिंड का की माहौल है, वधिया दिन लगन लग पे ने, कम कार कर लग पे ने। थले वेने ਕਿਹੜੀ ਜੀ ਕੀ ਕਰਨੇ ਥੱਲੇ ਆਲੂ ਪੁੱਟਣ ਦੇਣੇ ਤੇ ਮੈਂ ਵੀ ਜਾਣਾ ਨਾਲ, ਪਟਾਨਾ ਆਲੂ ਉਲੂ ਸਬਜ਼ੀਆਂ ਹੋਰ ਲਾਉਂਦੇ ਹਾਂ ਕੋਈ ਘਰ ਦੀ ਸਬਜ਼ੀ ਦਾ ਤੁਹਾਨੂੰ ਪਤਾ ਹੀ ਹੈ, ਵੱਡੀ ਨਜ਼ਾਰਾ ਹੁੰਦਾ ਜਿਹੜੀ ਬਜ਼ਾਰੀ ਹੁੰਦੀ। ਪਤਾ ਨਹੀਂ ਕੀ ਖਾਸ ਸਪਰੇਆਂ ਕੀਤੀਆਂ ਹੁੰਦੀਆਂ, ਜਿਹੜੀ ਹੱਥੀਂ ਲਾਈਆਂ ਹੁੰਦੀਆਂ ਸਬਜ਼ੀਆਂ, ਫਰਕ ਤਾਂ ਹੁੰਦਾ ਹੀ ਹੈ। चलो हम चलते हैं अपना उत्तर जी पौड़ियाँ हो ना। इतना सारिया लाया भी हम आ गया थले। पहले एक बेर खाने, पहले बेरी ते लगे मिठे। बेर पूरे मीठे ने, मोटा जी तोड़ते हैं। हाँ आप पुट दे आलू, पहले एनर्जी दे लिए शरीर में, एक बेर खा लो। मैं एक टप्पा मार कर नहीं हटता। ये आओ एक निकल गया, आओ टोकरा चलो उसके बाद। लाए घर दे आलू, वधिया निकले ने मोटे मोटे। ਲੈ ਵੀ ਮਿੱਤਰੋ ਆਲੂ ਸਾਰੇ ਪੱਟ ਲੈ ਨੇ ਤੇ ਇੱਕ ਟੋਕਰਾ ਨਿਕਲ ਆਇਆ ਆਲੂਆਂ ਦਾ। ਕੁਛ ਪਤਲੇ ਨੇ, ਕੁਛ ਮੋਟੇ ਨੇ, ਬਰੀਕ ਨੇ, ਕੁਛ ਪਹਿਲਾਂ ਪੁੱਟ ਕੇ ਖਾ ਲਏ ਸਨ ਤੇ ਕੁਛ ਹੁਣ ਇਹਨਾਂ ਨਾਲ ਮਿਕਸ ਕਰ ਦਾਂਗੇ। ਤੀਜੀਆਂ ਸਬਜ਼ੀਆਂ ਨਾਲ ਕਦੀ ਬੈਂਗਣ ਨਾਲ, ਕਦੀ ਮਟਰਾਂ ਨਾਲ, ਕਿਉਂਕਿ ਆਲੂ ਸਾਰੀਆਂ ਸਬਜ਼ੀਆਂ 'ਚ ਪੈ ਜਾਂਦਾ ਤੁਹਾਨੂੰ ਪਤਾ ਹੀ ਹੈ, ਜਿਸ ਮਰਜ਼ੀ ਪਾ ਲਓ। ਚਲੋ ਇੰਨਾ ਵੀ ਘੱਟ ਹੈ, ਵਧੀਆ ਖਾਦ ਖੂਦ ਨਹੀਂ ਪਾਈ, ਸ਼ੁੱਧ ਹੈ। ਸਭ ਤੋਂ ਜ਼ਿਆਦਾ ਐਨਰਜੀ ਵੀ ਇਹਦੇ 'ਚ ਹੁੰਦੀ ਆਲੂ 'ਚ। ਕਈ ਤਾਂ ਜੋ ਪਤਲੇ ਬੰਦੇ ਕਈ ਵਾਲ ਵੜ ਕੇ ਆਲੂ ਖਾਂਦੇ ਨੇ, ਐਵੇਂ ਭਲਵਾਨ ਵੀ ਕਈ। ਅਤੇ ਹੁਣ ਨੈਕਸਟ ਵੀਡੀਓ 'ਚ ਆਪਾਂ ਪਾਵਾਂਗੇ ਕੀ ਇੱਥੇ ਲਾਉਣਾ ਹੈ ਅਤੇ ਕੀ ਕਹਾਂ। ਅਤੇ ਵੀਡੀਓ ਤੁਸੀਂ ਜਿਹੜੀ ਉਹ ਜੂਨੀਅਰ ਵਰਸੇ ਜੂਨੀਅਰ ਵਾਲੀ ਪਾਈ, ਕਾਫੀ ਪਿਆਰ ਦਿੰਦੇ ਹੋ ਮੇਲੇ ਵਾਲੀ, ਜੋ ਸਰਸ ਮੇਲਾ ਹੋਇਆ ਸੀ ਟਰੈਕਟਰਾਂ ਦਾ। ਅਤੇ ਹੋਰ ਵੀ ਵੀਡੀਓ ਆਉਣਗੀਆਂ ਵਧੀਆ। ਥੈਂਕ ਯੂ, ਧੰਨਵਾਦ।